ਪੰਜਾਬ ਸਕਾਲਰਸ਼ਿਪ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਇਹ ਵੀਡੀਓ ਉਹਨਾਂ ਸਟੂਡੈਂਟਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੋ ਸਟੂਡੈਂਟ ਸੈਕਿੰਡ ਇਅਰ ਤੇ ਥਰਡ ਇਅਰ ਦੇ ਵਿੱਚ ਹੁਣ ਸਟੱਡੀ ਕਰ ਰਹੇ ਹਨ ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੀਓ ਤੇ ਬਾਕੀ ਬੱਚੇ ਵੀ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਜਿਹੜਾ ਕਿ ਦੋਸਤੋ ਹਰ ਵਾਰ ਤੁਹਾਡਾ ਇਹ ਹੀ ਸਵਾਲ ਰਹਿੰਦਾ ਹੈ ਕਿ ਸਕਾਲਰਸ਼ਿਪ ਅਪਲਾਈ ਤੇ ਫ੍ਰੀਸ਼ਿਪ ਕਾਰਡ ਅਪਲਾਈ ਦੀ ਲਾਸਟ ਡੇਟ ਕੀ ਹੈ ਦੋਸਤੋ ਜੇਕਰ ਆਪਾਂ ਇਥੇ ਪੋਰਟਲ ਦੀ ਗੱਲ ਕਰੀਏ ਤਾਂ 15 11 2024 ਜੋ ਕਿ ਤੁਹਾਡੀ ਲਾਸਟ ਡੇਟ ਹੈ ਲੇਕਿਨ ਦੋਸਤੋ ਤੁਹਾਡੇ ਇੰਸਟੀਚਿਊਟ ਨੇ ਅਲੱਗ-ਅਲੱਗ ਤੁਹਾਨੂੰ ਡੇਟ ਇੱਥੇ ਮੈਂਸ਼ਨ ਕੀਤੀ ਹੋਈ ਹੈ ਕਿ ਤੁਸੀਂ ਇਸ ਡੇਟ ਤੋਂ ਪਹਿਲਾਂ-ਪਹਿਲਾਂ ਆਪਣੇ ਫਾਰਮ ਅਪਲਾਈ ਕਰਕੇ ਸਬਮਿਟ ਕਰਾਉਣੇ ਹਨ ਤਾਂ ਦੋਸਤੋ ਤੁਸੀਂ ਆਪਣੇ ਇੰਸਟੀਚਿਊਟ ਦੇ ਮੁਤਾਬਿਕ ਚੱਲ ਕੇ ਆਪਣੇ ਫਾਰਮ ਨੂੰ ਜਲਦੀ ਦੇ ਨਾਲ ਕੰਪਲੀਟ ਕਰੋ ਤਾਂ ਦੋਸਤੋ ਨਵੀਂ ਅਪਡੇਟ ਕੀ ਆਈ ਹੈ ਜਿਹੜੇ ਬੱਚੇ ਸੈਕਿੰਡイヤー ਦੇ ਵਿੱਚ ਹਨ ਉਹ ਪਲੀਜ਼ ਕੀ ਕਰਨਗੇ ਲੌਗਇਨ ਪੈਨਲ ਤੇ ਜਾਣਗੇ ਇੱਥੇ ਦੋਸਤੋ ਆਪਣੀ ਪ੍ਰੋਫਾਈਲ ਨੂੰ ਲੌਗਇਨ ਕਰਨਗੇ ਕਿਉਂਕਿ ਦੋਸਤੋ ਇੱਥੇ ਇੱਕ ਨਵੀਂ ਆਪਸ਼ਨ ਅਪਡੇਟ ਹੋ ਕੇ ਆ ਰਹੀ ਹੈ ਬਹੁਤ ਸਾਰੇ ਸਟੂਡੈਂਟ ਨੂੰ ਜਿਹੜਾ ਕਿ ਆਨਲਾਈਨ ਅਪਲਾਈ ਦਾ ਆਪਸ਼ਨ ਤੇ ਬਹੁਤ ਸਾਰੇ ਸਟੂਡੈਂਟ ਨੂੰ ਫ੍ਰੀ ਸ਼ਿਪ ਕਾਰਡ ਦਾ ਆਪਸ਼ਨ ਆ ਰਿਹਾ ਹੈ ਯਾਨੀ ਕਿ ਦੋ ਆਪਸ਼ਨ ਖੁੱਲ ਕੇ ਆ ਰਹੇ ਹਨ ਪਹਿਲਾ ਫ੍ਰੀ ਸ਼ਿਪ ਕਾਰਡ ਅਪਲਾਈ ਦੂਸਰਾ ਅਪਲਾਈ ਆਨਲਾਈਨ ਯਾਨੀ ਕਿ ਕੁਝ ਐਦਾਂ ਦੇ ਬੱਚੇ ਹਨ ਜਿਨ੍ਹਾਂ ਨੂੰ ਤਾਂ ਸਿਰਫ ਅਪਲਾਈ ਕਰਨਾ ਹੈ ਸਕਾਲਰਸ਼ਿਪ ਯਾਨੀ ਕਿ ਸਕਾਲਰਸ਼ਿਪ ਅਪਲਾਈ ਕਰਨਾ ਹੈ ਲੇਕਿਨ ਕੁਝ ਬੱਚੇ ਇਦਾਂ ਦੇ ਹਨ ਜਿਨ੍ਹਾਂ ਨੂੰ ਪਹਿਲਾਂ ਫ੍ਰੀਸ਼ਿਪ ਕਾਰਡ ਵੀ ਅਪਲਾਈ ਕਰਨਾ ਪਵੇਗਾ ਫਿਰ ਤੁਹਾਨੂੰ ਸਕਾਲਰਸ਼ਿਪ ਅਪਲਾਈ ਕਰਨਾ ਪਵੇਗਾ ਤਾਂ ਇਹ ਦੋਸਤੋ ਤੁਸੀਂ ਇੱਕ ਵਾਰ ਦੇਖੋ ਕਿ ਤੁਹਾਡੇ ਇੱਥੇ ਪ੍ਰੋਫਾਈਲ ਦੇ ਵਿੱਚ ਆਪਸ਼ਨ ਕੀ ਆ ਰਿਹਾ ਹੈ ਜੇਕਰ ਦੋਸਤੋ ਤੁਹਾਡੇ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਦਾ ਆਪਸ਼ਨ ਆ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਪਿਛਲੀ ਵਾਰ ਇੰਸਟੀਚਿਊਟ ਨੇ ਫਾਰਮ ਵੈਰੀਫਾਈ ਨਹੀਂ ਕੀਤਾ ਜੇਕਰ ਦੋਸਤੋ ਤੁਹਾਡਾ ਫਾਰਮ ਇੱਥੇ ਫ੍ਰੀਸ਼ਿਪ ਕਾਰਡ ਦੇ ਵਿੱਚ ਆਪਸ਼ਨ ਆ ਰਿਹਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਜਿਨ੍ਹਾਂ ਦਾ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਦਾ ਆਪਸ਼ਨ ਆ ਰਿਹਾ ਹੈ ਉਹਨਾਂ ਦਾ ਪਿਛਲੀ ਵਾਰ ਸਕਾਲਰਸ਼ਿਪ ਆਇਆ ਸੀ ਜਾਂ ਫਿਰ ਨਹੀਂ ਆਇਆ ਸੀ ਤਾਂ ਦੋਸਤੋ ਇੱਥੋਂ ਪਤਾ ਲੱਗ ਜਾਏਗਾ ਕਿ ਇਹ ਤੁਹਾਡਾ ਇੱਕ ਐਰਰ ਚੱਲ ਰਿਹਾ ਹੈ ਜਾਂ ਫਿਰ ਇੱਥੇ ਵਾਕਿਆ ਹੀ ਤੁਹਾਡੀਆਂ ਇੱਥੇ ਆਪਸ਼ਨਾਂ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਧਿਆਨ ਨਾਲ ਸੁਣਿਓ ਦੁਬਾਰਾ ਜਿਨ੍ਹਾਂ ਬੱਚਿਆਂ ਦਾ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਦੀ ਆਪਸ਼ਨ ਆ ਰਹੀ ਹੈ ਜਿਨ੍ਹਾਂ ਬੱਚਿਆਂ ਦੀ ਸੈਕਿੰਡ ইয়ার ਦੇ ਵਿੱਚ ਫ੍ਰੀਸ਼ਿਪ ਕਾਰਡ ਦੀ ਆਪਸ਼ਨ ਆ ਰਹੀ ਹੈ ਉਹ ਬੱਚੇ ਦੱਸਣ ਕਿ ਉਹਨਾਂ ਦਾ ਸਕਾਲਰਸ਼ਿਪ ਇੱਥੇ 2023-24 ਦਾ ਆਇਆ ਸੀ ਜਾਂ ਫਿਰ ਨਹੀਂ ਆਇਆ ਸੀ ਤੇ ਜਿਨ੍ਹਾਂ ਬੱਚਿਆਂ ਦਾ ਸਕਾਲਰਸ਼ਿਪ ਅਪਲਾਈ ਦਾ ਆਪਸ਼ਨ ਆ ਰਿਹਾ ਹੈ ਉਹ ਵੀ ਬੱਚੇ ਦੱਸਣ ਕਿ ਤੁਹਾਡਾ ਸਕਾਲਰਸ਼ਿਪ ਆਇਆ ਸੀ ਜਾਂ ਫਿਰ ਨਹੀਂ ਆਇਆ ਸੀ ਤਾਂ ਫਿਰ ਦੋਸਤੋ ਮੈਂ ਨੋਡਲ ਆਫੀਸਰ ਨਾਲ ਗੱਲ ਕਰਕੇ ਤੁਹਾਨੂੰ ਦੁਬਾਰਾ ਇੱਕ ਵੀਡੀਓ ਦੇ ਵਿੱਚ ਮੈਂਸ਼ਨ ਕਰਕੇ ਦੱਸ ਦਾਂਗਾ ਤਾਂ ਤੁਸੀਂ ਇੱਕ ਵਾਰ ਆਪਣੀਆਂ ਆਪਸ਼ਨਾਂ ਚੈੱਕ ਕਰੋ ਕਿ ਤੁਹਾਡੀਆਂ ਆਪਸ਼ਨਾਂ ਕੀ ਆ ਰਹੀਆਂ ਹਨ ਜੇਕਰ ਦੋਸਤੋ ਤੁਹਾਡਾ ਇੱਥੇ ਵੀਡੀਓ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਆਣਗੇ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਵੀਂ ਅਪਡੇਟ ਮਿਲ ਜਾਵੇਗੀ ਨਹੀਂ ਤਾਂ ਦੋਸਤੋ ਤੁਸੀਂ ਵੇਟ ਕਰ ਲਿਓ ਜੋ ਵੀ ਨਵੀਂ ਅਪਡੇਟ ਆਏਗੀ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇੱਥੇ ਪ੍ਰੋਵਾਈਡ ਕਰਾ ਦਾਂਗਾ ਤਾਂ ਇੱਕ ਹੋਰ ਜ਼ਰੂਰੀ ਗੱਲ ਜਿਨ੍ਹਾਂ ਬੱਚਿਆਂ ਦਾ ਇੱਥੇ ਅਪਲਾਈ ਔਨਲਾਈ ਦਾ ਆਪਸ਼ਨ ਆ ਰਿਹਾ ਹੈ ਉਹ ਬੱਚੇ OTR ਰਜਿਸਟ੍ਰੇਸ਼ਨ ਜ਼ਰੂਰ ਕਰ ਲੈਣ OTR ਦਾ ਫਾਇਦਾ ਤੁਹਾਨੂੰ ਇਹ ਹੋ ਜਾਵੇਗਾ ਜਦੋਂ ਤੁਸੀਂ OTR ਰਜਿਸਟ੍ਰੇਸ਼ਨ ਕਰੋਗੇ ਤਾਂ ਦੋਸਤੋ ਜੋ ਵੀ ਤੁਹਾਡਾ ਬੈਂਕ ਖਾਤਾ ਤੁਹਾਡੇ ਆਧਾਰ ਦੇ ਨਾਲ ਸੀਡ ਹੋ ਜਾਏਗਾ ਉਸ ਦੇ ਵਿੱਚ ਹੀ ਤੁਹਾਡਾ OTR ਦੇ ਨਾਲ ਸਕਾਲਰਸ਼ਿਪ ਆ ਜਾਵੇਗਾ ਯਾਨੀ ਕਿ ਇਸ ਵਾਰ ਤੁਹਾਡਾ ਬੈਂਕ ਲੈਸ ਯਾਨੀ ਕਿ ਬੈਂਕ ਨੰਬਰ ਲੈਸ ਤੋਂ ਬਿਨਾ ਹੀ ਤੁਹਾਡਾ ਆਧਾਰ ਸੀਡ ਤੇ ਹੀ ਸਕਾਲਰਸ਼ਿਪ ਇੱਥੇ ਪ੍ਰੋਵਾਈਡ ਕਰਾਇਆ ਜਾਵੇਗਾ ਇਸ ਵਾਰ ਸਿਸਟਮ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਤੁਹਾਡਾ ਇਸ ਵਾਰ ਸਕਾਲਰਸ਼ਿਪ ਕਿਸੇ ਬੱਚੇ ਦਾ ਵੀ ਨਹੀਂ ਰਹੇਗਾ ਜੇਕਰ ਦੋਸਤੋ ਤੁਹਾਡੇ ਇੱਥੇ ਇੰਸਟੀਚਿਊਟ ਵਾਲੇ ਤੁਹਾਡੇ ਫਾਰਮ ਨੂੰ ਵੈਰੀਫਾਈ ਕਰ ਦਿੰਦੇ ਹਨ ਜੀ ਹਾਂ ਦੋਸਤੋ ਆਪਾਂ ਕੁਝ ਸਮੇਂ ਬਾਅਦ ਲਾਈਵ ਵੀ ਆਵਾਂਗੇ ਤੁਸੀਂ ਬਸ ਵੇਟ ਕਰੋ ਜਿੰਨਾਂ ਬੱਚਿਆਂ ਦਾ ਕਮੈਂਟ ਆ ਰਹੇ ਹਨ ਕਿ ਸਰ ਤੁਸੀਂ ਲਾਈਵ ਕਦੋਂ ਆਓਗੇ ਤਾਂ ਆਪਾਂ ਸੋਮਵਾਰ ਤੋਂ ਬਾਅਦ ਤੁਹਾਡਾ ਇੱਥੇ ਲਾਈਵ ਸੈਸ਼ਨ ਰੱਖਾਂਗੇ ਸਾਰੇ ਬੱਚੇ ਇੱਥੇ ਲਾਈਵ ਦੇ ਵਿੱਚ ਆ ਜਾਣ ਤਾਂ ਦੋਸਤੋ ਤੁਹਾਡੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਕਿ ਤੁਹਾਡੇ ਫਾਰਮ ਕਿੱਥੇ ਤੱਕ اٹਕੇ ਹੋਏ ਹਨ ਕਿਤੇ ਤੁਹਾਡਾ ਫਾਰਮ ਰੰਦਾ ਹੈ ਕੋਈ ਵੀ ਤੁਹਾਡਾ ਪ੍ਰੋਬਲਮ ਹੈ ਉਹ ਤੁਹਾਡੀ ਸੋਲਵ ਹੋ ਜਾਵੇਗੀ ਤਾਂ ਦੋਸਤੋ ਇਦਾਂ ਹੀ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਪਿਆਰ ਕਰਦੇ ਰਹੋ ਚੈਨਲ ਦੇ ਵਿੱਚ ਤੁਸੀਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਅਪਡੇਟ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰ ਕਰਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੀਂ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ